हाँ है शेरा तो कोई नहीं तेरा कोडा ਉਹ ਇਹ ਟਿਊਨ ਨਹੀਂ ਫਸੀ ਪਈ ਯਾਰ ਕਿੱਥੇ ਮੁੱਕ ਗਈ ਸ਼ਾਹ ਯਾਰ ਆਲਸੋ ਟ੍ਰੈਫਿਕ ਇਨ ਡਾਇਰੈਕਟ ਬਟ ਯੂ ਆਰ ਇੰਗਲਿਸ਼ ਸਪੀਕਿੰਗ ਬਹੁਤ ਵੈਰੀ ਫਨੀ ਲੈਂਗੁਏਜ ਇੰਗਲਿਸ਼ ਵੈਰੀ ਫਨੀ ਲੈਂਗੁਏਜ ਇਹ ਕਰ ਲਾਸਟ ਇੰਗਲਿਸ਼ ਬਾਗ ਇੰਗਲਿਸ਼ ਚਾਰ ਇੰਗਲਿਸ਼ ਐਟ ਇੰਗਲਿਸ਼ ਟਿਕਾ ਜੀ ਸਰ ਅਨੁਭਵ ਕਰ ਸਾਰੇ ਕਹਿਣ ਹੋਗੇ ਵੈਲਕਮ ਬੈਕ ਟੂ ਚੈਨਲ ਇਸ ਕੀ ਹਾਲ ਚਾਲ ਹੈ ਸਾਰਾ ਹੋਪ ਕਰ ਸਾਰੇ ਠੀਕ ਹੋਣਗੇ ਜੀ ਕੰਮ ਤਾਂ ਹੈ ਤੁਹਾਨੂੰ ਪਤਾ ਹੋਇਆ ਹੋਇਆ ਵਾ ਸੋ ਰਾਤੀ ਜਿਹੜਾ ਪੰਗਾ ਸੀਗਾ ਉਹ ਸਾਰਾ ਸੋਲਵ ਹੋ ਗਿਆ ਸੀਗਾ ਪਿਛਲੇ ਵਲੌਗ ਲਾਸਟ ਵਲੌਗ ਦੇਖਿਆ ਸੀ ਜਸਵਿੰਦਰ ਹੋਣਾ ਦਾ ਐਕਸੀਡੈਂਟ ਹੋ ਗਿਆ ਸੀਗਾ ਅਤੇ ਫਿਲਹਾਲ ਜਸਵਿੰਦਰ ਹੋਣਾ ਦੇ ਮੈਨੂੰ ਲੱਗਿਆ ਸੀਗਾ ਸੱਟਾਂ ਲੱਗੀਆਂ ਨੇ ਪਤਨੀ ਚਾਚੀ ਦੇ ਕਹਿ ਰਹੇ ਸੀ ਕਹਿੰਦੇ ਉਹਨਾਂ ਦੇ ਗੋਡੇ ਗੱਡਿਆਂ ਸੱਟਾਂ ਲੱਗੀਆਂ ਪਰ ਬਾਬਾ ਜੀ ਦੀ ਕਿਰਪਾ ਨਾਲ ਉਹ ਵੀ ਠੀਕ ਨੇ ਅਤੇ ਹੁਣ ਆਪਣਾ ਨਵਾਂ ਵਲੌਗ ਲੈ ਕੇ ਸ਼ੁਰੂ ਹੋ ਗਏ ਆ ਅਤੇ ਹੁਣ ਚੱਲਦਾ ਸਿੱਧਾ ਇੰਸਟੀਚਿਊਟ ਅਤੇ ਮੰਮਾ ਨੇ ਗਜਰੇਲਾ ਬਣਾਇਆ ਸੀਗਾ ਉਹ ਖਾ ਕੇ ਬਸ ਚੱਲਦੇ ਹੁਣ ਰੋਟੀ ਪਾਣੀ ਨਹੀਂ ਖਾਣ ਦਾ ਟਾਈਮ ਹੈਗਾ ਅੱਜ ਲੇਟ ਹੋ ਗਏ ਥੋੜ੍ਹੇ ਜਿਹੇ ਅਤੇ ਲੇਟ ਤਾਂ ਅੱਗੇ ਵੀ ਹੋ ਹੀ ਜਾਂਦੇ ਤੁਹਾਨੂੰ ਪਤਾ ਹੀ ਆ ਲੱਗਿਆ ਗਜਰੇਲਾ ਗਜਰੇਲਾ ਖਾ ਕੇ ਆਪਾਂ ਚੱਲਦੇ ਹਾਂ ਜੀ ਗਾਇਸ ਫਾਈਨਲੀ ਆਪਾਂ ਚੱਲੇ ਹਾਂ ਇੰਸਟੀਚਿਊਟ ਅਤੇ ਹੁਣ ਜਾ ਕੇ ਇੰਸਟੀਚਿਊਟ ਹੀ ਮਿਲਦੇ ਹਾਂ ਇੰਸਟੀਚਿਊਟ ਤੋਂ ਬਾਅਦ ਜਾਂ ਇੰਸਟੀਚਿਊਟ ਇੰਸਟੀਚਿਊਟ ਤੋਂ ਬਾਅਦ ਹੀ ਮਿਲਣਾ ਪੈਣਾ ਕਿਉਂਕਿ ਉਸ ਤੋਂ ਬਾਅਦ ਤਾਂ ਟਾਈਮ ਨਹੀਂ ਹੈਗਾ ਬਾਕੀ ਅਜੇ ਵੇਅਰਿੰਗ ਗਰੀ ਦਿਖਾਈ ਨਹੀਂ ਤੁਹਾਨੂੰ ਨਿਕਲ ਕੇ ਬਾਹਰ ਇੰਸਟੀਚਿਊਟ ਤੋਂ ਗੱਲਬਾਤ ਆ ਵੀਰੇ ਦੀ ਤਾਂ ਜਸ ਹੁਣੇ ਅਜੇ ਬਾਹਰ ਹੀ ਨਿਕਲੇ ਗਏ ਯਾਰ ਮੇਰੇ ਨਾ ਇੱਧਰਲੇ ਪਾਸੇ ਬਾਲ ਕੱਢਣ ਲੱਗ ਜਾਂਦੇ ਹੁਣ ਚਲੋ ਕੋਈ ਨਹੀਂ ਸਾਡਾ ਮਨ ਕੀਤਾ ਕੁਛ ਖਾਣ ਪੀਣ ਦਾ ਅਸੀਂ ਸੋਚਿਆ ਚਲੋ ਕੁਲਚੇ ਕਲਚੇ ਖਾ ਆਈਏ 10 ਰੁਪਏ ਸਾਰੇ ਪੱਟੂ ਕਹਿੰਦੇ ਘੈਂਟ ਲੱਗਦੇ ਪਏ ਭੋਲੇ ਦਾ ਮੁੰਡੇ ਦਾ ਭੋਲੂ ਕਾਕੇ ਦਾ ਵਿਆਹ ਸੀ ਕਿਹੜੇ ਦਾ ਜਿਹਦੇ ਨਾਲ ਵਿਆਹ ਹੋਇਆ ਪ੍ਰੋਫੈਸਰ ਸਾਹਿਬ ਉਹ ਨੀਸ਼ਾ ਕਹਿੰਦੀ ਕਹਿੰਦੀ ਇਹ ਤਾਂ ਪ੍ਰੋਫੈਸਰ ਹੀ ਲੱਗਦਾ ਹੈ ਨਾ ਕਹਿ ਹੁੰਦੀ ਹੈ ਜੀ ਹੈ ਏਦਾਂ ਉਹ ਏਦਾਂ ਦੇਖ ਲੈਂਦੇ ਨਾ ਏਦਾਂ ਉਹਦੇ ਸਾਡੀ ਮੈਡਮ ਵੀ ਕਰਦੀ ਹੁੰਦੀ ਹੈ ਹਾਂ ਹੈ ਸ਼ੇਰਾ ਤੋਂ ਕੋਈ ਨੀ ਤੇਰਾ ਕੀ ਹੋ ਗਿਆ ਕਿਹਦੇ ਕੋਲ ਫੋਨ ਚੱਲਦੇ ਯਾਰ ਘਰੇ ਆਉਣਾ ਤੁਸੀਂ ਕਿੰਨੇ ਵਜੇ ਜਾਣਾ 4 ਵਜੇ ਸਾਰਿਆਂ ਛੁੱਟੀ ਕਰ ਦਿੰਦੇ 4 ਵਜੇ ਹੁਣ 4 ਵਜੇ ਕਰ ਦਿੰਦੇ ਸਾਢੇ 3 ਭਰਾਵਾ ਯਾਰ ਅਸੀਂ ਤਾਂ ਵਿਹਲੇ ਹੋ ਗਏ ਹੁਣ ਵਿਹਲੇ ਹਾਂ ਸਾਡੇ ਤਾਂ ਟਾਸਕ ਤੁਸੀਂ ਵਿਹਲੇ ਆ ਸਾਡੇ ਤਾਂ ਟਾਸਕ ਪਏ ਜਾ 10 ਰੁਪਏ ਗਿਆ ਜਾਂ ਕੁੱਤੇ ਦਾ ਪਾਰਲੇ ਜੀ ਲੈ ਗਿਆ ਇੰਨਾ ਲਗਵਾਈ ਛੋਲਿਆਂ ਨਾਲ ਖਾਣਾ ਮੈਂ ਛੋਲੇ ਜੀ ਨੇ ਛੋਲਿਆਂ ਨਾਲ ਖਾਣਾ ਉਹ ਡੀਐਮਸੀ ਦੇ ਅੰਦਰ ਮੈਨੂੰ ਲੱਗਾ ਕਹਿੰਦਾ ਡੀਐਮਸੀ ਦੀ ਭੈਣ ਗਈ ਅੱਬੇ ਆ ਕਿਹੜੀ ਗੱਡੀ ਆ ਕਿਹੜੀ ਆਹ ਕੋਡਾ ਬਾ ਠੀਕ ਆ ਓਕੇ ਕਹਦਾ ਸੀ ਕਿਹੜੀ ਆ ਕਿਹੜੀ ਉਹ ਖੜੀ ਆ ਜਿਹੜੀ ਜੀ ਬੁੱਢੀ ਕਿਹੜੀ ਟਿਊਨ ਤੇਰੀ ਟਿਊਨ ਦੀ ਤੇਰੀ ਟਿਊਨ ਲਾਇਓ ਬਰੇ ਉਹ ਇਹ ਟਿਊਨ ਹੀ ਫਸੀ ਪਈ ਆ ਯਾਰ ਇਹ ਕਹਿੰਦੇ ਖੜ ਜਾ ਯਾਰ
ਇੰਨੀ ਬੇਇੱਜ਼ਤੀ ਚੰਨੀ ਸਾਹਿਬ ਲੱਗੇ ਨੇ ਲੱਭੇ ਦੋ ਸੱਤ 44 ਬਲਾ ਲੈ ਬੋਲਣਾ ਬੋਲਣੇ ਬੋਲ 7 ਡਬਲ ਕਿੰਨਾ ਲੈ ਗਿਆ 99 ਕੱਟ ਦੇ 700 ਬਲਵੇ 31265 ਪ੍ਰੋਫੈਸਰ ਹੀ ਲੱਗਦਾ ਜਿਸ ਹਿਸਾਬ ਨਾਲ ਕਹਿੰਦੇ ਐਨਕ ਪਾਉਂਦਾ ਹੈ ਆਹੋ ਨਿਗਾਲੀ ਆ ਦੂਰ ਦੀ ਲਵਾਈ ਨਾ ਫਿਰ ਐਵੇਂ ਉਹ ਬ੍ਰਹਮਾਂਡ ਦੀ ਨਹੀਂ ਐਵੇਂ ਜੇ ਐਨਕ ਐਨਕ ਜੇ ਦੇਖਣ ਲੱਗ ਜੂ ਫਿਰ ਬ੍ਰਹਮਾਂਡ ਬ੍ਰਹਮਾਂਡ ਨਾ ਦੇਖ ਜਾਵੇ ਛੱਡ ਦੀ ਮੈਂ ਕਿਹਾ ਆਪਾਂ ਫਿਰ ਪੜਾਕੇ ਬੱਚੇ ਆ ਤੇ ਆਪਾਂ ਲੇਟ ਜਾਣਾ ਹੁੰਦਾ ਇੰਗਲਿਸ਼ ਵੈਰੀ ਫਨੀ ਲੈਂਗੁਏਜ ਹਾਂਜੀ ਗਾਇਸ ਫਾਈਨਲੀ ਆਪਾਂ ਚੱਲੇ ਆ ਘਰੇ ਜਾ ਕੇ ਜਾਵਾਂਗੇ ਹੁਣ ਆਪਾਂ ਇਸ ਚੀਜ਼ ਉੱਥੇ ਜਿਮ ਜਾ ਕੇ ਫਿਰ ਅੱਜ ਡਾਇਟ ਸੋਚਾਂਗੇ ਵੀ ਵਧੀਆ ਲਵਾਂਗੇ ਡਾਇਟ ਅੱਜ ਡਾਇਟਾਂ 'ਚ ਵਧੀਆ ਲੈਣ ਦੀ ਕੋਸ਼ਿਸ਼ ਸੋ ਅੱਗੇ ਟ੍ਰੈਫਿਕ ਕਾਫੀ ਹੋਇਆ ਵਾ ਅਤੇ ਹੁਣ ਘਰੇ ਚੱਲੇ ਹਾਂ ਘਰੇ ਜਾ ਕੇ ਇੰਸਟੀਟਿਊਟ ਤੋਂ ਵਿਹਲੇ ਹੋ ਕੇ ਮੇਰੇ ਹੁਣੇ ਚਲੇ ਗਏ ਨਾਲੇ ਫਾਈਨਲੀ ਘਰੇ ਪਹੁੰਚੇ ਹਾਂ ਘਰੇ ਪਹੁੰਚ ਕੇ ਹੁਣ ਕੱਪੜੇ ਵਗੈਰਾ ਬਦਲ ਕੇ ਮੈਂ ਕਿਹਾ ਚਲੋ ਰੋਟੀ ਪਾਣੀ ਖਾਂਦੇ ਹਾਂ ਅਤੇ ਅੱਜ ਉੱਧਰ ਆਪਣੇ ਪਾਠ 'ਚ ਆਪਾਂ ਪਲਾਟ 'ਚ ਜਿਹੜਾ ਪਾਠ ਪਲਾਟ 'ਚ ਸਹਿਜ ਪਾਠ ਰੱਖਿਆ ਹੋਇਆ ਸੀਗਾ ਅਤੇ ਅੱਜ ਸਹਿਜ ਪਾਠ ਜੀ ਦੀ ਸਹਿਜ ਪਾਠ ਦੀ ਸਮਾਪਤੀ ਹੋ ਗਈ ਅਤੇ ਉੱਧਰ ਉੱਧਰਲਾ ਪ੍ਰਸ਼ਾਦ ਆਇਆ ਵਾ ਅਤੇ ਉਹ ਖਾਂਦੇ ਹਾਂ ਨਾਲੇ ਰੋਟੀ ਪਾਣੀ ਖਾਂਦੇ ਹਾਂ ਰੋਟੀ ਪਾਣੀ ਖਾ ਕੇ ਫਿਰ ਚੱਲਾਂਗੇ ਸ਼ਾਮ ਨੂੰ ਜਿੰਮ ਅਤੇ ਉਸ ਤੋਂ ਬਾਅਦ ਦੇਖਦੇ ਹਾਂ ਮੈਂ ਕੀ ਬਣਦਾ ਆਪਣਾ ਗਾਈਸ ਫਾਈਨਲੀ ਰੋਟੀ ਪਾਣੀ ਖਾਣ ਲੱਗੇ ਹਾਂ ਸੋ ਪੱਤ ਗੋਭੀ ਸਬਜ਼ੀ ਬਣਾਈ ਮੰਮਾ ਨੇ ਨਾਲ ਥੋੜ੍ਹਾ ਪ੍ਰਸ਼ਾਦ ਅਤੇ ਰੋਟੀ ਪਾਣੀ ਲੈਂਦੇ ਹਾਂ ਨਾਲ ਹਾਂਜੀ ਗਾਈਸ ਹੁਣ ਆਪਾਂ ਚੱਲੇ ਹਾਂ ਜਿੰਮ ਅਤੇ ਰੋਟੀ ਪਾਣੀ ਖਾ ਕੇ ਮੈਂ ਕਿਹਾ ਚਲੋ ਹੁਣ ਜਿੰਮ ਜਾਂਦੇ ਹਾਂ ਅਤੇ ਜਿੰਮ ਚੱਲਦੇ ਹਾਂ ਜਿੰਮ ਜਾ ਕੇ ਲਾਈਏ ਵਰਕਆਊਟ ਕੱਲ੍ਹ ਤਾਂ ਜਾਣੀ ਹੋਇਆ ਹੈਗਾ ਕੱਲ੍ਹ ਦਾ ਪਤਾ ਹੀ ਸੀ ਰੀਜ਼ਨ ਕੀ ਸੀਗਾ ਉਮਰ ਐਕਸੀਡੈਂਟ ਹੋਣ ਕਰਕੇ ਆਪਾਂ ਆਪਣੇ ਕੋਲ ਟਾਈਮ ਨਹੀਂ ਲੱਗਿਆ ਕੱਲ੍ਹ ਅਤੇ ਅੱਜ ਜਿੰਮ ਚੱਲਦੇ ਹਾਂ ਨਾਲੇ ਵਰਕਆਊਟ ਲਾਈਏ ਵਰਕਆਊਟ ਨਹੀਂ ਲੱਗੀ ਸਹੀ ਤਰੀਕੇ ਨਾਲ ਲਾਈਏ ਥੋੜ੍ਹੀ ਬਹੁਤ ਦੇਖੇ ਫਾਈਨਲੀ ਆਪਾਂ ਜਿੰਮ ਨਿਕਲ ਕੇ ਜਿੰਮ ਨਿਕਲ ਕੇ ਹੁਣ ਅੱਜ ਮੈਂ ਸੋਚ ਰਿਹਾ ਲੈਗ ਵਰਕਆਊਟ ਆਪਣੀ ਉੱਧਰ ਨਹੀਂ ਲੱਗੀ ਸੀਗੀ ਕੀ ਨਾਮ ਸੈਟਰਡੇ ਨੂੰ ਲੈਗ ਵਰਕਆਊਟ ਅਤੇ ਦੂਸਰੀ ਆਪਾਂ ਚੈਸਟ ਲਾਵਾਂਗੇ ਆਪਾਂ ਜਾ ਜਿੰਮ ਦੀ ਐਕਸਰਸਾਈਜ਼ ਲਾ ਕੇ ਹੁਣ ਨਿਕਲੇ ਹਾਂ ਅਤੇ ਘੰਟਾ ਪੂਰਾ ਲੱਗ ਗਿਆ ਅਤੇ ਦੂਜੀ ਗੱਲ ਕੀ ਆ ਕਿ ਅੱਜ ਮੇਰੀਆਂ ਦੋ ਐਕਸਰਸਾਈਜ਼ਾਂ ਰਹਿ ਗਈਆਂ ਅਤੇ ਉਹਦਾ ਰੀਜ਼ਨ ਕੀ ਆ ਮੋਢੇ 'ਤੇ ਨਾੜ ਚੜ੍ਹਨੀ ਸ਼ੁਰੂ ਹੋ ਗਈ ਸੀਗੀ ਸੋ ਇਸ ਕਰਕੇ ਮੈਂ ਐਕਸਰਸਾਈਜ਼ ਆਪਣੀਆਂ ਵਿੱਚ ਹੀ ਛੱਡ ਕੇ ਅਤੇ ਹੁਣ ਘਰੇ ਚੱਲਿਆ ਵਾਂ
ਤੇ ਪਤਾ ਨਹੀਂ ਕੀ ਚੱਕਰ ਹੋਇਆ ਵਾ ਕਿ ਕਹਿੰਦੇ ਜਿਹੜੀ ਲਾਸਟ ਸੈਕਿੰਡ ਲਾਸਟ ਐਕਸਰਸਾਈਜ਼ ਲਗਾ ਰਿਹਾ ਸੀਗਾ ਉਹਦਾ ਜਿਹੜਾ ਲਾਸਟ ਸੈੱਟ ਸੀਗਾ ਉਹ ਲਗਾਉਣ ਲੱਗਿਆ ਤੇ ਜਦੋਂ ਉਦੋਂ ਨਾੜ ਜੀ ਚੜ੍ਹਨੀ ਸ਼ੁਰੂ ਹੋ ਗਈ ਤੇ ਇੱਕ ਸੈਕਿੰਡ ਲਾਸਟ ਸੈੱਟ ਦੀ ਸੈਕਿੰਡ ਲਾਸਟ ਐਕਸਰਸਾਈਜ਼ ਦੀ ਲਾਸਟ ਸੈੱਟ ਰਹਿ ਗਿਆ ਤੇ ਜਿਹੜੀ ਲਾਸਟ ਐਕਸਰਸਾਈਜ਼ ਸੀ ਉਹ ਪੂਰੀ ਰਹਿ ਗਈ ਤੇ ਬਾਕੀ ਉੱਦਾਂ ਫੁੱਲ ਹੋ ਗਈਆਂ ਚੈਸਟ ਵਰਕਆਊਟ ਉੱਦਾਂ ਆਪਣੀ ਲੱਗ ਗਈ ਆ ਹਜੇ ਤਾਂ ਮੈਂ ਕੀ ਕਹਿੰਦੇ ਲੈਗ ਵਰਕਆਊਟ ਦਾ ਸੋਚ ਰਿਹਾ ਸੀਗਾ ਬਟ ਓਨਾ ਟਾਈਮ ਹੀ ਨਹੀਂ ਬਚਿਆ ਆਪਣੇ ਕੋਲ ਅੱਜ ਕੱਲ੍ਹ ਯਾਰ ਟਾਈਮ ਦੀ ਸ਼ੋਰਟੇਜ ਜ਼ਿਆਦਾ ਚੱਲਦੀ ਪਈ ਆ ਪਤਾ ਨਹੀਂ ਕੀ ਚੱਕਰ ਆ ਟਾਈਮ ਬਹੁਤ ਜਲਦੀ ਬੀਤਦਾ ਪਿਆ ਵਾ ਸੋ ਜਿਹੜਾ ਕੰਮ ਕਰਨਾ ਹੁੰਦਾ ਉਹ ਪੂਰਾ ਹੁੰਦਾ ਹੀ ਨਹੀਂ ਚੱਜ ਨਾਲ ਚਲੋ ਕੋਈ ਗੱਲ ਨਹੀਂ ਹੁਣ ਘਰ ਚੱਲਦੇ ਹਾਂ ਘਰ ਜਾ ਕੇ ਥੋੜ੍ਹਾ ਬਹੁਤ ਡਾਇਟ ਵਗੈਰਾ ਲਿਕਿਡ ਡਾਇਟ ਵਗੈਰਾ ਤਾਂ ਪੀ ਲੈਣੀ ਆ ਜਾ ਕੇ ਆਂਡੇ ਵਾਲਦੇ ਹਾਂ ਆਂਡੇ ਵਾਲ ਕੇ ਖਾਂਦੇ ਹਾਂ ਅਤੇ ਫਿਰ ਚਲੋ ਮਿਲਦੇ ਹੀ ਆਪਾਂ ਥੋੜ੍ਹੀ ਦੇਰ ਤੱਕ ਘਰ ਜਾ ਕੇ ਫਾਈਨਲੀ ਘਰ ਪਹੁੰਚੇ ਅਤੇ ਆ ਕੇ ਆ ਮੂੰਗਲੀਆਂ ਖਾ ਕੇ ਹਟਿਆ ਕਿੱਦਾਂ ਗੰਦ ਪਾਇਆ ਦੇਖੋ ਅਤੇ ਆਪਣੇ ਆਂਡੇ ਵੀ ਆ ਚੁੱਕੇ ਆ ਆਪਣੇ ਨਹੀਂ ਮਤਲਬ ਕਿ ਮੁਰਗੀ ਦੇ ਆਂਡੇ ਠੀਕ ਆ ਨਾ ਆਪਣੇ ਨਹੀਂ ਹੈਗੇ ਅਤੇ ਆਂਡੇ ਬਣਾ ਕੇ ਆਂਡੇ ਤੋੜ ਕੇ ਖਾਣੇ ਤੋੜਨੇ ਵੀ ਪੈਣੇ ਆ ਬੇਚਾਰਾ ਚਲੋ ਨਹੀਂ ਜ਼ਿਆਦਾ ਖਾਣੇ ਨਹੀਂ ਚਾਹੀਦੇ ਐਵੇਂ ਬੰਦਾ ਮੋਟਾ ਹੋ ਜਾਂਦਾ